Welcome back, and today we are going to work in PSL book 4a. And we are on lesson, I think, about the months. Let me tell you what page, page number 68. ਉਮ ਤੁਸੀਂ ਕਾਊਂਟਿੰਗ ਸਿੱਖਣੀ ਹੈ 70 ਤੱਕ ਇਸ ਵਾਰੀ ਠੀਕ ਹੈ ਇਸ ਸਾਲ ਸੋ 68 ਮੀਨਸ 88 ਨੰਬਰ ਪੇਜ ਤੇ ਅਸੀਂ ਜਾਵਾਂਗੇ ਤੇ ਪਿਛਲੇ ਲੈਸਨ ਵਿੱਚ ਤੁਸੀਂ ਪੜ੍ਹੇ ਸੀਗੇ ਪਹਿਲੇ 6 ਮਹੀਨੇ ਸਾਲ ਦੇ ਯੂ ਰਿਮੈਂਬਰ ਦ ਨੇਮਸ ਆਫ ਦ ਮੰਥਸ ওকে ਯੂ نو ਇਨ ਇੰਗਲਿਸ਼ ਰਾਈਟ ਜਨਵਰੀ ਫਿਬਰੀ ਮਾਰਚ ਅਪ੍ਰਿਲ ਮੇ ਜੂਨ ਜੁਲਾਈ ਅਗਸਟ ਸੈਪਟੈਂਬਰ ਅਕਟੋਬਰ ਨਵੰਬਰ ਡਿਸੰਬਰ ਨਾ ਪੰਜਾਬੀ ਸਿਮਲਰ ਵੈਰੀ ਸਿਮਲਰ ਸੋ ਰਾਦਰ ਦਨ ਜਨਵਰੀ ਵੀ ਸੇ ਜਨਵਰੀ ਸੇ ਆਫਟਰ ਮੀ ਜਨਵਰੀ ਫਿਬਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਸੋ ਲਿਟਲ ਬਿਟ ਪ੍ਰੋਨੰਸੀਏਸ਼ਨ ਦੇ ਵਿੱਚ ਫਰਕ ਹੈਗਾ ਪਰ ਦਿ ਨੇਮਸ ਆਰ ਦਾ ਸੇਮ ਥੈਟ ਵੀ ਯੂਜ਼ ਠੀਕ ਹੈ ਸੋ ਅ ਪਾਰਟ ਨੰਬਰ 3.1 ਸਾਲ ਦੇ ਪਿਛਲੇ 6 ਮਹੀਨੇ ਠੀਕ ਹੈ ਸੋ ਯੂ ਵਿਲ ਰੀਡ ਦ ਐਸੇ ਵਿਲ ਸਰਕਲ ਦ ਨੇਮਸ ਆਫ ਮੰਥਸ ਇਨ ਇਟ ਸੋ ਸੀ ਮੇਰੇ ਨਾਲ ਇੱਕ ਵਾਰੀ ਪੜ੍ਹੋਗੇ ਫਿਰ ਤੁਸੀਂ ਆਪਣੇ ਆਪ ਪੜ੍ਹੋਗੇ ਫਿਰ ਤੁਸੀਂ ਇਹਦੇ ਵਿੱਚ ਸਾਰੇ ਮਹੀਨਿਆਂ ਦੇ ਨਾਂ ਸਰਕਲ ਕਰੋਗੇ ਠੀਕ ਹੈ ਫਿਰ ਬਾਅਦ ਵਿੱਚ ਕੁਐਸਚਨ ਆਨਸਰਸ ਕਰੋਗੇ ਐਂਡ ਆਲ ਸ਼ੇਅਰ ਦ ਕੁਐਸਚਨਸ ਵਿਦ ਯੂ ਰੀਡ ਦ ਕੁਐਸਚਨਸ ਵਿਦ ਯੂ ਠੀਕ ਹੈ ਸੋ ਰੈਡੀ ਆਲ ਰਾਈਟ ਲੈਟਸ ਗੈਟ ਸਟਾਰਟਿਡ ਜੁਲਾਈ ਸਾਲ ਦਾ 7ਵਾਂ 7ਵਾਂ ਮੀਨ 7ਵਾਂ 7ਥ 7ਵਾਂ ਮਹੀਨਾ ਹੈ ਜੁਲਾਈ ਦੇ 31 ਦਿਨ ਹੁੰਦੇ ਹਨ 31 ਮੀਨਸ 31 ਐਂਡ 31 ਜੁਲਾਈ ਵਿੱਚ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਪੁਰਬ ਮਨਾਇਆ ਜਾਂਦਾ ਹੈ ਵੀ ਡੋਟ ਸੇ ਜਨਮ ਦਿਨ ਵੀ ਸੇ ਜਨਮ ਪੁਰਬ ਬਿਕਾਜ਼ ਦੇ ਆਰ ਸੋ ਵੈਰੀ ਸਪੈਸ਼ਲ ਟੂ ਅਸ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਹਨ ਜੁਲਾਈ ਵਿੱਚ ਗਰਮੀ ਦਾ ਮੌਸਮ ਹੁੰਦਾ ਹੈ ਇਟਸ ਸਟਿਲ ਸਮਰ ਰਾਈਟ ਅਗਸਟ ਸਾਲ ਦਾ 8ਵਾਂ ਮਹੀਨਾ ਹੈ ਅਗਸਤ ਵਿੱਚ ਛੁੱਟੀਆਂ ਤੋਂ ਬਾਅਦ ਸਕੂਲ ਫਿਰ ਖੁੱਲ ਜਾਂਦੇ ਹਨ ਅਗਸਤ ਵਿੱਚ ਗਰਮੀ ਦਾ ਮੌਸਮ ਹੀ ਹੁੰਦਾ ਹੈ ਇਟ ਮੀਨਸ ਸਟਿਲ ਇਟ ਇਜ਼ ਸਮਰ ਸਤੰਬਰ ਸਾਲ ਦਾ ਨੌਵਾਂ ਮਹੀਨਾ ਹੈ ਸਤੰਬਰ ਦੇ 30 ਦਿਨ ਹੁੰਦੇ ਹਨ 30 ਮੀਨਸ 30 22 ਸਤੰਬਰ ਨੂੰ ਦਿਨ ਤੇ ਰਾਤ ਇੱਕੋ ਜਿੰਨੇ ਲੰਮੇ ਹੁੰਦੇ ਹਨ ਉਹਨੂੰ ਸੋਲਸਟਿਸ ਕਹਿੰਦੇ ਹਨ ਸਤੰਬਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੰਦੀ ਦਿਵਸ ਮਨਾਇਆ ਜਾਂਦਾ ਹੈ ਸਤੰਬਰ ਵਿੱਚ ਪਤ ਚੜ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਪਤ ਚੜ मींस ਪੱਤੇ ਚੜ ਜਾਂਦੇ ਨੇ ਰਾਈਟ ਦ ਲੀव्स ਫਾਲ ਇਸ ਮੌਸਮ ਵਿੱਚ ਦਰਖਤਾਂ ਦੇ ਪੱਤੇ ਲਾਲ ਸੰਤਰੀ ਤੇ ਪੀਲੇ ਹੋ ਜਾਂਦੇ ਨੇ ਦੇ ਚੇਂਜ ਕਲਰਸ ਅਕਤੂਬਰ ਸਾਲ ਦਾ 10ਵਾਂ ਮਹੀਨਾ ਹੈ ਅਕਤੂਬਰ ਦੇ 31 ਦਿਨ ਹੁੰਦੇ ਹਨ 1 ਐਂਡ 30 मींस 31 31 ਅਮਰੀਕਾ ਵਿੱਚ ਹਰ ਸਾਲ 31 ਅਕਤੂਬਰ ਨੂੰ ਹਲੋਵੀਨ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਕਤੂਬਰ ਵਿੱਚ ਵੀ ਪੱਤਝੜ ਦਾ ਮੌਸਮ ਹੁੰਦਾ ਹੈ ਦਰਖਤਾਂ ਤੋਂ ਪੱਤੇ ਚੜਨੇ ਸ਼ੁਰੂ ਹੋ ਜਾਂਦੇ ਹਨ ਸੋ ਬਿਫੋਰ ਦੇ ਚੇਂਜ ਕਲਰ ਨਾਓ ਦੇ ਵਿਲ ਸਟਾਰਟ ਫਾਲਿੰਗ ਨਵੰਬਰ ਸਾਲ ਦਾ 11ਵਾਂ ਮਹੀਨਾ ਹੈ ਨਵੰਬਰ ਵਿੱਚ 30 ਦਿਨ ਹੁੰਦੇ ਹਨ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਮਨਾਇਆ ਜਾਂਦਾ ਹੈ ਜਨਮ ਪੁਰਬ ਮੀਨਸ ਜਨਮ ਦਿਨ ਨਵੰਬਰ ਵਿੱਚ ਦੀਵਾਲੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਨਵੰਬਰ ਵੀ ਪੱਤ ਚੜਦਾ ਮਹੀਨਾ ਹੀ ਹੈ ਇਟਸ ਸਟਿਲ ਫਾਲ ਸੀਜ਼ਨ ਆਟਮ ਸੀਜ਼ਨ ਪੱਤੇ ਝੜਨ ਕਰਕੇ ਹੀ ਇਸ ਮੌਸਮ ਨੂੰ ਪੱਤ ਚੜ ਕਹਿੰਦੇ ਹਨ ਰਾਈਟ ਪੱਤ ਦਾ ਮੀਨਸ ਪੱਤੇ ਦਸੰਬਰ ਸਾਲ ਦਾ 12ਵਾਂ ਅਤੇ ਅਖੀਰਲਾ ਮਹੀਨਾ ਹੈ ਦਸੰਬਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਗੁਰਪੁਰਬ ਮਨਾਇਆ ਜਾਂਦਾ ਹੈ ਜਨਮਪੁਰਬ ਵੀ ਕਹਿ ਸਕਦੇ ਆ ਜਨਮਗੁਰਪੁਰਬ ਵੀ ਕਹਿ ਸਕਦੇ ਆ 21 ਦਸੰਬਰ ਨੂੰ ਸਭ ਤੋਂ ਲੰਮੀ ਰਾਤ ਅਤੇ ਸਭ ਤੋਂ ਛੋਟਾ ਦਿਨ ਹੁੰਦਾ ਹੈ ਦਸੰਬਰ ਵਿੱਚ ਸਰਦੀਆਂ ਦਾ ਮੌਸਮ ਸ਼ੁਰੂ ਮੌਸਮ ਮੌਸਮ ਹੁੰਦਾ ਹੈ ਅਤੇ ਬਹੁਤ ਠੰਡ ਜਾਂ ਸਰਦੀ ਪੈਂਦੀ ਹੈ ਟਰਨ ਪੇਜ ਇਸ ਤਰ੍ਹਾਂ 1 ਸਾਲ ਦੇ 365 ਦਿਨ 365 ਡੇਸ 12 ਮਹੀਨੇ ਅਤੇ 4 ਮੌਸਮ ਲੰਘ ਜਾਂਦੇ ਹਨ And there are total 276 words in this essay. Um, so, if you are reading 40 words per minute, this should take you maybe 7 minutes to read, okay? I think you read faster. So, um, when we hang up, when you were finished watching the video, you're going to put the timer on and you're going to see how many minutes will you take to read this essay yourself and read maybe two or three times again and again, uh, maybe tomorrow, day after and then see, can you read any faster? I think you will be able to read faster. Okay, practice, Abhiyas means practice, right? Um, when you write answers to questions you can use words from the questions read the question and answer sample below there is a line under the words that are used in both questions and answers notice that there is a question mark at the end of a question and there is a dundee at the end of a sentence so i think i made a mistake i did not give you the answer okay so but let's do it together प्रश्न वन प्रश्न मीनस क्वेश्चन गर्मी का मौसम केड़े महीने विच शुरू हूँ है गर्मी का मौसम जून दे महीने विच शुरू है। सो वी विल से गर्मी का मौसम जून दे जून दे महीने विच शुरू है एंड विल पुट ए डंडी एट द एंड ठीक है सो दैट्स यू विल डू यू टू शो यू हाउ टू राइट लेट मी शो यू हाउ टू राइट सो वी कैन यूज दिस पेपर हियर Um, I used it for the last class but let's do it quickly. Here. Okay. So let's read the question. It says "Garmida da Garmi da mausam. ਕਿਹੜੇ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਕਿਹੜੇ ਜੂਨ ਵੀਪਲ ਰਾਈਟ ਜੂਨ ਦੇ ਰਾਈਟ ਐਂਡ THEN THESE ARE THE SAME WORDS FROM THE QUESTION ਮਹੀਨੇ ਸੇਮ ਵਰਡਸ ਫਰਮ ਦ ਕੁਐਸਚਨ which ਸ਼ੁਰੂ ਹੁੰਦਾ ਹੈ ਐਂਡ ਵੀ ਪੁਟ ਇਟ ਡੰਡੀ ਦੈਟਸ ਦ ਪੀਰੀਅਡ okay so that's how you will write all the questions and answers i have given you good clues these are the words you will use and then instead of this word you will use the answer word okay? so this should be easy you can take two days to write the questions if, if you um, don't have too much time okay question number nine you are going to complete the sentence. His part of the sentence. Here's a second part of sentence. Um, so you will uh, connect this one with the correct answer. And then you will write the correct answers here. You may use two lines for some of the answers. Let's do one together. The Sambar Salda... ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਗੁਰਪੂਰਮ ਮਨਾਇਆ ਜਾਂਦਾ ਹੈ that doesn't make sense right دسمبر ਸਾਲ ਦਾ ਸਭ ਤੋਂ ਲੰਮੀ ਰਾਤ ਤੇ ਸਭ ਤੋਂ ਛੋਟਾ ਦਿਨ ਹੁੰਦਾ ਹੈ دسمبر ਇਸ ਨਾਟ ਦਿਨ ਅ ਰਾਤ دسمبر ਸਾਲ ਦਾ ਦਰਖਤਾਂ ਦੇ ਪੱਤੇ ਲਾਲ ਸੰਤਰੀ ਤੇ ਪੀਲੇ ਹੋ ਜਾਂਦੇ ਹਨ that doesn't make sense december salda barma ate akhira mahina hunda hai that's correct so number 1 is d so we will copy here december salda barma ate akhira mahina hunda hai You got it. So this is going to give you more practice in reading. This will give you practice in writing, and this is going to make you an amazing Punjabi reader. So thank you so much for working with me, and keep on working five, seven minutes a day. Do a little bit of reading, a little bit of writing, a little bit of speaking, and you will become an awesome Punjabi reader. Thank you so much. I'll see you next time. Vahi Ka Khalsa, Vahi Ki Fateh.